मोहल्ला काजिया च मोबाइल टावर लगाने किया लोगों ने की किया विरोध। निजी कंपनी वालों मोहल्ला काजिया च मोबाइल टावर लगवाया जा रहा है, जिसका मोहल्ला वासियों ने भारी रोस जाहिर करदिया कहा कि बसों वाले एरिए च मोबाइल टावर नहीं लग सकता। भरावां दा सांझी जगह होण करके एक भरा ने किराए ते दित्ती, जिसका दूजे भरावां ते मोहल्ला वासियों ने विरोध करदिया कहा कि मोहल्ले च मोबाइल टावर नहीं लगन देंगे। मौके पर थाना फिलौर के एस आई बलजीत सिंह ने कहा कि मामले की जांच की जा रही है। शाह न्यूज तो कैमरामैन डिंपल के नाल अजय सिंह नागी की रिपोर्ट। ਹਾਂਜੀ, ਇਹ ਜਿਹੜੀ ਇਹਨਾਂ ਜ਼ਮੀਨ ਆ, ਇਹਨਾਂ ਦਾ ਮਸ਼ਤਰਕਾ ਖਾਤਾ ਜ਼ਮੀਨ ਆ, ਹਿੱਸੇਦਾਰੀ ਆ। ਅੱਛਾ ਜੀ। ਇਹਦੇ ਵਿੱਚ ਜੇ ਜਿੱਦਾਂ ਹੁਣ ਬਾਕੀ ਦੇ ਹਿੱਸੇਦਾਰ ਨਹੀਂ ਚਾਹੁੰਦੇ ਤਾਂ ਇਹ ਨਹੀਂ ਲਾ ਸਕਦਾ ਇੱਕ ਟਾਵਰ। ਅੱਛਾ ਜੀ। ਇਸ ਲਈ ਇਹ ਮੂੰਹ ਕਰ ਲਵੇ, ਆਪਣੇ ਗਾਂਹ ਲੈ ਜਾਵੇ, ਆਪਣੇ ਕੂਤੇ ਲਾ ਲਵੇ ਵੀ ਆ ਕੇ। ਅੱਛਾ, ਜ਼ਮੀਨ ਇਹ ਭਰਾਵਾਂ ਦੀ ਸਾਂਝੀ ਆ, ਇਹਨਾਂ ਦਾ ਮਸ਼ਤਰਕਾ ਖਾਤਾ ਹਿੱਸੇਦਾਰੀ ਜ਼ਮੀਨ ਆ ਇਹਨਾਂ ਦੀ, ਤੇ ਤਕਸੀਮ ਵੀ ਹੋਈ ਹੋਏਗੀ। ਜੇ ਤਕਸੀਮ ਹੋਈ ਹੋਵੇ ਫਿਰ ਆਪਣੇ ਹਿੱਸੇ 'ਚ ਜੋ ਮਰਜ਼ੀ ਅਗਲਾ ਕਰੇ, ਪਰ ਇਹ ਹੋਈ ਨਹੀਂ ਤਕਸੀਮ। ਇਸ ਕਰਕੇ ਜੇ ਉਹ ਇਤਰਾਜ਼ ਕਰਦੇ ਇਹ ਨਹੀਂ ਲਾ ਸਕਦੇ। ਕੀ ਨਾਂ ਤੁਹਾਡਾ? ਹਾਂ ਜੀ, ਕੀ ਕਹਿਣਾ ਭਾਅ ਜੀ? ਕਹਿਣਾ ਇਹ ਸਾਡੇ ਇੱਥੇ ਸਾਡਾ ਸਾਂਝਾ ਖਾਤਾ, ਇੱਥੇ ਟਾਵਰ ਨਹੀਂ ਲੱਗਣਾ ਚਾਹੀਦਾ। ਅਤੇ ਕੌਣ ਲਾ ਕੌਣ ਰਿਹਾ? ਸਾਡੇ ਤਾਂ ਬੜਾ ਮੇਰਾ ਭਰਾ ਆ, ਉਹ ਲਾਉਂਦਾ। ਅੱਛਾ, ਜ਼ਮੀਨ ਹੈ ਜਿਹੜੀ ਉਹ ਤੁਹਾਡੀ ਸਾਂਝੀ ਆ? ਸਾਂਝਾ ਖਾਤਾ ਦਾ। ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਇੱਥੇ ਟਾਵਰ ਲੱਗ ਰਿਹਾ ਜਾਂ ਕਿੱਦਾਂ? ਨਹੀਂ, ਸਾਨੂੰ ਇਹਦੇ ਬਾਰੇ ਇਹਨੇ ਨਹੀਂ ਦੱਸਿਆ ਜੀ। ਭਾਈਆ ਜੀ, ਇੰਨਾ ਇਕੱਠ ਕੀਤਾ ਕੀ ਸਾਰਾ ਮਾਮਲਾ? ਇਹ ਮੇਰੀ ਜ਼ਮੀਨ ਦੇ ਵਿੱਚ ਨਜਾਇਜ਼ ਟੀਵੀ ਟਾਵਰ ਲਾ ਰਹੇ ਨੇ, ਏਅਰਟੈਲ ਦਾ। ਤੁਹਾਡੀ ਜ਼ਮੀਨ ਆ? ਹਾਂ, ਇਹ ਬਿਲਕੁਲ ਮੇਰੀ ਜ਼ਮੀਨ ਆ, ਔਰ ਮੇਰੀ ਫਰਜ਼ ਵੀ ਆ, ਸਭ ਕੁਝ ਮੇਰੇ ਕੋਲ ਆ। ਨਜਾਇਜ਼ ਕਿੱਦਾਂ ਲਾ ਰਹੇ ਆ ਤੁਸੀਂ? ਇਹਨਾਂ ਨੂੰ ਕਿਹਾ ਨਹੀਂ ਵੀ ਇੱਥੇ ਟਾਵਰ ਲਾਉਣ ਨੂੰ? ਅਸੀਂ ਪਹਿਲਾਂ ਥਾਣੇ ਦਰਖਾਸਤ ਦਿੱਤੀ ਵੀ ਸੀਗੀ, SHO ਸਾਹਿਬ ਨੇ ਅਰਬਨ ਮਸੀਹ ਨੂੰ ਦਰਖਾਸਤ ਮਾਰ ਕਰਤੀ ਸੀ। ਉੱਥੇ ਵੀ ਥਾਣੇ 100-150 ਬੰਦਾ ਇਹਨੂੰ ਕਿਹਾ ਸੀ ਵੀ ਟਾਵਰ ਨਹੀਂ ਲਾਉਣਾ, ਚੱਕ ਲਓ ਆਪਣਾ ਆਪਣਾ। ਅੱਛਾ ਜੀ। ਉੱਦਣ ਇਹ ਨਹੀਂ, ਫਿਰ ਅਰਬਨ ਮਸੀਹ ਨੇ, ਹੁਣ ਮੈਂ ਜਦ ਉਸ ਨੂੰ ਟੱਕਰਿਆ, ਉਹਨੇ ਕਿਹਾ ਵੀ ਮੇਰੇ ਕੋਲ ਤੁਹਾਡੀ ਕੋਈ ਦਰਖਾਸਤ ਨਹੀਂ ਹੈ। ਮੈਂ SHO ਸਾਹਿਬ ਨੂੰ, SP ਸਾਹਿਬ ਨੂੰ ਔਰ SDM ਸਾਹਿਬ ਨੂੰ ਅੱਜ ਫਿਰ ਟੱਕਰ ਕੇ ਆਇਆ। ਜ਼ਮੀਨ ਤੁਹਾਡੀ ਆਪਣੀ ਨਿੱਜੀ ਆ? ਨਿੱਜੀ ਜ਼ਮੀਨ ਆ, ਆਪ ਖਰੀਦੀ ਆ, ਮੇਰੇ ਨਾਂ ਰਜਿਸਟਰੀ ਆ। ਨਹੀਂ, ਤੁਸੀਂ ਇਹਨਾਂ ਨੂੰ ਜਿਹੜੀ ਮਸਤਲਕਾ ਖਾਤਾ ਉਹਦੇ ਵਿੱਚ ਹਿੱਸੇਦਾਰ ਆ? ਹਿੱਸੇਦਾਰ ਆ ਇਹਨਾਂ ਦੇ ਬਾਬੇ ਨੇ ਤਾਂ ਮੇਰੀ, ਇਹਨਾਂ ਦੇ ਬਾਬੇ ਦੀ। ਟਾਵਰ ਕੌਣ ਲਵਾ ਰਿਹਾ ਫਿਰ ਇੱਥੇ? ਹਨੀ ਗੁਰਵਿੰਦਰ ਸਿੰਘ ਹਨੀ ਔਰ ਸੋਨੀ ਪੁੱਤਰ ਹਰਜੀਤ ਸਿੰਘ। ਉਹ ਕੌਣ ਆ? ਉਹ ਕੌਣ ਆ? ਹਰਵਿੰਦਰ ਉਹ ਮੇਰੇ ਚਾਚੇ ਦਾ ਪੋਤਾ ਆ ਗਾ। ਹੁਣ ਤੁਸੀਂ ਮੰਗ ਕੀ ਕਰਦੇ ਆ? ਅਸੀਂ ਮੰਗ ਕਰਦੇ ਆ ਵੀ ਸ਼ਹਿਰ ਦੇ ਵਿੱਚ ਟੀਵੀ ਟਾਵਰ ਨਹੀਂ ਲੱਗਣ ਦੇ। ਭਾਜੀ, ਇਹ ਜਿਹੜਾ ਟਾਵਰ ਅੱਜ ਇੱਥੇ ਲਾਉਣ ਲੱਗੇ ਆ, ਇਹਦੇ ਬਾਰੇ 2-3 ਗੱਲਾਂ ਜਿਹੜੀਆਂ ਮੇਨ ਆ ਉਹ ਕਰਨੀਆਂ ਆ। 1986 ਦੇ ਵਿੱਚ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਬਣਿਆ ਸੀ, ਉਹਦੇ ਅਧੀਨ ਇਹ ਸਰਕਾਰ ਦਾ ਹੁਕਮ ਆ ਵੀ ਜਿਹੜਾ ਟਾਵਰ ਆ ਉਹ ਕਿਸੇ ਵੀ ਵੱਡੀ ਬਿਲਡਿੰਗ ਦੀ ਛੱਤ 'ਤੇ ਹੀ ਲੱਗ ਸਕਦਾ ਆ, ਗਰਾਊਂਡ 'ਤੇ ਨਹੀਂ ਲੱਗ ਸਕਦਾ। ਇਹ ਤੁਸੀਂ ਦੇਖ ਸਕਦੇ ਨੈੱਟ ਦੇ ਉੱਤੇ ਵੀ ਅਵੇਲੇਬਲ ਹੈਗਾ ਆ। ਨੰਬਰ 2 'ਤੇ ਜਿੱਥੇ ਭੀੜ ਭਾੜ ਵਾਲੀਆਂ ਗਲੀਆਂ ਆ, ਜਿੱਥੇ ਵਸੋਂ ਜ਼ਿਆਦਾ ਆ, ਉੱਥੇ ਉਸ ਐਕਟ ਦੇ ਅਕੋਰਡਿੰਗ ਇਹ ਟਾਵਰ ਨਹੀਂ ਲੱਗ ਸਕਦਾ। ਨੰਬਰ 3 'ਤੇ ਜਿੱਥੇ ਇਹ ਟਾਵਰ ਲੱਗਣਾ ਆ, ਉਹਦੇ ਘੱਟੋ ਘੱਟ 100 ਫੁੱਟ ਦੇ ਦਾਇਰੇ ਦੇ ਅੰਦਰ ਕੋਈ ਵੀ ਚੀਜ਼, ਜਿੱਦਾਂ ਕੋਈ ਪਸ਼ੂ ਜਾਂ ਕੋਈ ਪੱਠੇ ਵੱਢਣ ਦਾ ਕੋਈ, ਉਹ ਖਾਲੀ ਜਗ੍ਹਾ ਹੋਣੀ ਚਾਹੀਦੀ ਆ, ਅਤੇ ਉੱਥੇ ਸਾਈਨ ਬੋਰਡ ਬਕਾਇਦਾ ਲੱਗੇ ਹੋਣੇ ਚਾਹੀਦੇ ਆ ਵੀ ਤੁਸੀਂ ਇਹਦੇ ਅੰਦਰ ਇਸ ਜਗ੍ਹਾ ਦੇ ਵਿੱਚ ਨਹੀਂ ਜਾ ਸਕਦੇ। ਅਤੇ ਤੁਸੀਂ ਇਸ ਜਗ੍ਹਾ ਨੂੰ ਦੇਖ ਸਕਦੇ ਆ, ਇਹ 3-4 ਭਰਾਵਾਂ ਦੀ ਸਾਂਝੀ ਜਗ੍ਹਾ ਆ। ਜੇ ਇਸ ਜਗ੍ਹਾ 'ਤੇ ਟਾਵਰ ਲੱਗਦਾ ਆ ਤਾਂ ਉਹਦੇ ਜਿਹੜੇ ਨਾਲ ਦੀ ਜਗ੍ਹਾ ਹਿੱਸਾ ਦੂਜੇ ਤੀਜੇ ਭਰਾਵਾਂ ਦਾ, ਉਹਨਾਂ ਨੇ ਤਾਂ ਆਪਣਾ ਕੰਮ ਕਰਨਾ, ਪੱਠੇ ਵੱਢਣੇ ਆ, ਜੀਰੀ ਲਾਉਣੀ ਆ, ਪਸ਼ੂ ਬੰਨਣੇ ਆ, ਅਤੇ ਇਹ ਜਿਹੜੀਆਂ ਰੇਡੀਏਸ਼ਨਸ ਆ ਉਹਨਾਂ ਲਈ ਬਿਲਕੁਲ ਜਿਹੜੀਆਂ ਆ ਖਤਰਨਾਕ ਆ। ਸੋ ਇਸ ਕਰਕੇ ਇਹ ਜੇ ਆਪਾਂ ਸਰਕਾਰੀ ਕਾਨੂੰਨ ਦੇ ਹਿਸਾਬ ਨਾਲ ਵੀ ਦੇਖੀਏ, ਇਹ ਟਾਵਰ ਇੱਥੇ ਇੰਪਲਾਂਟ ਕਰਨਾ ਇਹ ਸਹੀ ਨਹੀਂ ਆ। ਅਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਟਾਵਰ ਆ ਇਹ ਇੱਥੇ ਨਾ ਲਾਇਆ ਜਾਵੇ। ਇਹ ਨਾ ਹੋਵੇ ਕਿ ਲੋਕਾਂ ਦਾ ਜਿਹੜਾ ਗੁੱਸਾ ਵੱਧ ਜਾਵੇ, ਲੋਕ ਅੱਗੇ ਬੜੇ ਸਰਕਾਰ ਤੋਂ ਖਫਾ ਹੋਏ ਹੋਏ ਆ, ਅਤੇ ਇਸ ਟਾਵਰ ਨੂੰ ਇੱਥੇ ਲੱਗਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਧੰਨਵਾਦ। ਹਾਂਜੀ ਸਰ, ਇੱਕ ਟਾਵਰ ਲੱਗ ਰਿਹਾ, ਤੁਸੀਂ ਮੌਕੇ 'ਤੇ ਆਏ ਆ, ਕੀ ਕਹਿਣਾ ਸਰ? ਸਲਾਹ ਮਿਲੀ ਸੀ ਵੀ ਜਿਹੜਾ ਟਾਵਰ ਵਾਲੀ ਜਗ੍ਹਾ ਵਾ ਉਹ ਸਾਂਝੀ ਜਗ੍ਹਾ ਵਾ। ਅੱਛਾ ਜੀ। ਦੋਨਾਂ ਪਾਰਟੀਆਂ ਦੇ ਵਿੱਚ ਜਗ੍ਹਾ ਨੂੰ ਲੈ ਕੇ ਝਗੜਾ ਵਾ, ਅਤੇ ਇੱਕ ਪਾਰਟੀ ਜਿਹੜੀ ਆ ਲਗਾ ਰਹੀ ਟਾਵਰ, ਦੂਜੀ ਜਿਹੜੀ ਘੇਰਿਆ ਉਹ ਵਿਰੋਧ ਕਰ ਰਹੀ ਆ। ਇਸ ਕਰਕੇ ਮੌਕਾ ਵੇਖਿਆ ਵਾ ਦੋਨਾਂ ਧਿਰਾਂ ਨੂੰ ਬੰਦ ਕਰਕੇ, ਜਿਹਦਾ ਹੱਕ ਬਣਦਾ ਹੋਏਗਾ ਉਹ ਇਨਸਾਫ ਜਿਹੜੀ ਕਾਰਵਾਈ ਪੇਸ਼ ਕਰੇਗਾ।